ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਚੰਨੀ ਸਰਕਾਰ ਨੂੰ ਲੱਗਿਆ ਸਾਬ ਤੋਂ ਵੱਡਾ ਚਟਕਾ ਹੁਣ ਕੀ ਕਰਨਗੇ ਮੁੱਖ ਮੰਤਰੀ ਚੰਨੀ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਂਦੇ ਵੀਡੀਓ ਨੂੰ ਮੱਤਵਾਂ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਚ ਹੈ ਉੱਥੇ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਆ ਤਾਜ਼ਾ ਖਬਰ ਬਿਜਲੀ ਸਮਝੌਤੇ ਨਾਲ ਜੁੜੀ ਹੋਈ ਆ ਰਹੀ ਹੈ ਜਿਸ ਨਾਲ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ ਕੁੱਝ ਦਿਨਾਂ ਤੋਂ ਬਾਅਦ ਪੰਜਾਬ ਵਾਸੀ ਬੜੇ ਖੁਸ਼ ਹਨ ਕਿ ਉਹਨਾਂ ਨੂੰ ਸਸਤੀ ਬਿਜਲੀ ਮੋਹੱਈਆ ਹੋਵੇਗੀ ਸਰਕਾਰ ਨੇ ਪ੍ਰਾਈਵੇਟ ਬਿਜਲੀ ਸਮਝੌਤੇ ਰਾਦ ਕਰ ਦਿੱਤੇ ਨੇ ਪਰ ਹੁਣ ਸਰਕਾਰ ਫਿਰ ਉੱਥੇ ਸਥਿਤੀ ਵਿੱਚ ਆ ਗਏ ਕਿ ਪ੍ਰਾਈਵੇਟ ਕੰਪਨੀ ਬਿਜਲੀ ਟਿਊਬ ਵੱਲੋਂ ਕੁੱਲ ਚਲੇ ਗਏ ਹਨ ਤੇ ਬਿਜਲੀ ਟਿਊਬ ਵੱਲ ਨੇ ਇੰਨਾ ਫੈਸਲਿਆਂ ਦੇ ਵਿਹਾਰ ਰੋਕ ਲਗਾ ਦਿੱਤੀ ਹੈ ਜਿੱਥੇ ਇਸ ਨਾ ਪ੍ਰਾਈਵੇਟ ਕੰਪਨੀ ਰਾਦ ਮਿਲੇਗੀ ਉਤੀ ਪੰਜਾਬ ਸਰਕਾਰ ਲਈ ਇਹ ਇੱਕ ਝਟਕਾ ਕਿਹਾ ਜਾ ਰਿਹਾ ਹੈ ਪੰਜਾਬ ਸਰਕਾਰ ਨੇ 31 ਅਕਤੂਬਰ ਤੋਂ ਚਾਰ ਨੀਜੀ ਬਿਜਲੀ ਸਮਝੋਤੇ ਰਾਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਦਿਨ ਦਮੋਦਰ ਵੈਲੀ ਕੋਪਰੇਸ਼ਨ ਦੁਰਗਾਪੁਰ ਰਗੁਨਾਥਪੁਰ ਤੇ ਬੋਕਾਰੋ ਸਮੇਤ ਚਾਰ ਉर्जा ਪਾਵਰ ਪ੍ਰੋਜੈਕਟਾਂ ਨੂੰ ਨੋਟਿਸ ਪੇਸ ਦਿੱਤਾ ਗਿਆ ਸੀ ਸਰਕਾਰ ਨੇ ਤਰਕ ਦਿੱਤਾ ਸੀ ਕਿ ਬਿਜਲੀ ਦਾ ਰੇਟ ਜ਼ਿਆਦਾ ਹੈ ਇਸ ਤੋਂ ਬਾਅਦ ਇਹ ਪ੍ਰਾਈਵੇਟ ਕੰਪਨੀਆਂ ਬਿਜਲੀ ਟੂਬ ਬਿਲਕੁਲ ਚਲੇ ਗਏ ਆਂਦੇ ਬਿਜਲੀ ਟੂਬ ਵਾਲ ਨੇ ਸਰਕਾਰ ਦੇ ਫੈਸਲੇ ਤੇ ਰੋਕ ਲਗਾ ਦਿੱਤੇ ਪੰਜਾਬ ਸਰਕਾਰ ਇਹ ਸਮਝੌਤੇ ਰੱਦ ਕਰਕੇ ਪੰਜਾਬ ਵਾਸੀਆਂ ਦੀਆਂ ਨਜ਼ਰਾਂ ਵਿੱਚ ਖੁਦ ਨੂੰ ਲੋਕ ਅਤਿਸ਼ੀ ਦਿਖਾਉਣਾ ਚਾਹੁੰਦੀ ਹੈ ਸੱਤਾ ਤੋਂ ਬਾਹਰ ਪਾਰਟੀ ਅਤੇ ਪੰਜਾਬ ਵਾਸੀ ਮਹਿੰਗੇ ਬਿੱਲ ਦਾ ਮੁੱਦਾ ਉਠਾ ਰਹੇ ਨੇ ਇਸ ਲਈ ਇਹ ਹੋ ਸਕਦਾ ਹੈ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਇਹ ਬਿਜਲੀ ਸਮਝੌਤੇ ਰੱਦ ਕਰ ਦੇਵੇ ਖਬਰ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ